ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅਤੇ ਵੈਲਕਮ ਅੱਜ ਦੇ ਵਲੋਗ 'ਚ। ਪਹਿਲਾਂ ਤਾਂ ਸਾਰਿਆਂ ਨੂੰ ਥੈਂਕ ਯੂ ਜਿਨ੍ਹਾਂ ਨੇ ਸਾਡਾ ਲੇਹ ਲਦਾਖ ਟ੍ਰਿਪ ਦੇ ਵਿੱਚ ਸਾਡਾ ਸਾਥ ਦਿੱਤਾ, ਚੈਨਲ ਨੂੰ ਸਬਸਕ੍ਰਾਈਬ ਕੀਤਾ, ਉਹਨਾਂ ਦਾ ਵੀ ਥੈਂਕ ਯੂ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਬਟ ਉਹ ਵੀਡੀਓਜ਼ ਦੇਖ ਰਹੇ ਨੇ। ਸੋ ਪਲੀਜ਼ ਉਹਨਾਂ ਨੂੰ ਵੀ ਰਿਕੁਐਸਟ ਹੈ ਕਿ ਸਬਸਕ੍ਰਾਈਬ ਕਰੋ ਅਤੇ ਸਾਨੂੰ ਹੌਸਲਾ ਦਿਓ ਕਿ ਅਸੀਂ ਇੱਦਾਂ ਦੇ ਵਲੋਗਸ ਹੋਰ ਬਣਾਉਂਦੇ ਰਹੀਏ। ਸੋ ਪਹਿਲਾਂ ਤਾਂ ਸੋਰੀ ਕਿ ਥੋੜ੍ਹੇ ਵਲੋਗਸ ਡਿਲੇ ਹੋ ਰਹੇ ਨੇ, ਕਿਉਂਕਿ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਜਿੱਦਾਂ ਕਿ ਮੈਂ ਵੀ ਵਰਕਿੰਗ ਹਾਂ ਅਤੇ ਦਮਨ ਵੀ ਵਰਕਿੰਗ ਹੈ ਅਤੇ ਇਸ ਕਰਕੇ ਵਲੋਗਸ ਥੋੜ੍ਹੇ ਜਿਹੇ ਲੇਟ ਆ ਰਹੇ ਨੇ, ਬਟ ਅੱਗੋਂ ਸਾਡੀ ਕੋਸ਼ਿਸ਼ ਰਹੇਗੀ ਕਿ ਅੱਗੇ ਆਉਣ ਵਾਲੇ ਜਿਹੜੇ ਵਲੋਗਸ ਨੇ ਅਸੀਂ ਨਾਲ ਦੇ ਨਾਲ ਸ਼ੂਟ ਕਰਕੇ ਵਿਦ ਇਨ 1 or 2 ਡੇਜ਼ ਦੇ ਵਿੱਚ ਅਸੀਂ ਅਪਲੋਡ ਕਰ ਦਈਏ। ਸੋ ਅੱਜ ਦਾ ਵਲੋਗ ਜਿਹੜਾ ਹੈਗਾ ਵਾ ਉਹ ਸਾਡਾ ਲੇਹ ਲਦਾਖ ਦੇ ਬਜਟ ਦੇ ਰਿਗਾਰਡਿੰਗ ਰਹੇਗਾ, ਕਿਉਂਕਿ ਕਾਫੀ ਮੇਰੇ ਰਿਲੇਟਿਵਸ ਨੇ, ਫਰੈਂਡਸ ਨੇ ਜਿਨ੍ਹਾਂ ਨੂੰ ਪਤਾ ਲੱਗਿਆ ਕਿ ਮੈਂ ਗਿਆ ਵਾਂ, ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਕਿ ਕਿੰਨਾ ਬਜਟ ਲੱਗਿਆ ਕਾਰ ਟ੍ਰਿਪ 'ਤੇ ਜਾਣ ਦਾ, ਐਂਡ ਤੁਸੀਂ ਰਿਸਰਚ ਵੀ ਕੀਤੀ ਜ਼ਰੂਰ ਹੋਏਗੀ ਆ ਕੇ ਕਿ ਅਗਰ ਅਸੀਂ ਕਾਰ ਟ੍ਰਿਪ 'ਤੇ ਜਾਂਦੇ ਹਾਂ ਤਾਂ ਕਿੰਨਾ ਖਰਚਾ ਆਉਂਦਾ, ਅਗਰ ਅਸੀਂ ਬਾਏ ਪਲੇਨ ਜਾਂਦੇ ਹਾਂ ਤਾਂ ਕਿੰਨਾ ਖਰਚਾ ਆਉਂਦਾ। ਅਤੇ ਵੀਡੀਓ ਨੂੰ ਸਕਿੱਪ ਨਾ ਕਰੀਓ, ਪਲੀਜ਼ ਨਾਲ ਜੁੜੇ ਰਹੋ ਐਂਡ ਤੱਕ। ਅਤੇ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਵਲੋਗ। ਸਭ ਤੋਂ ਪਹਿਲਾਂ ਤਾਂ ਇਸ ਵੀਡੀਓ ਦੇ ਵਿੱਚ ਕੁਛ ਟਿਪਸ ਐਂਡ ਟ੍ਰਿਕਸ, ਕੁਛ ਮਿਸਟੇਕਸ ਜੋ ਅਸੀਂ ਕੀਤੀਆਂ, ਅਸੀਂ ਕਹਾਂਗੇ ਕਿ ਉਹ ਚੀਜ਼ਾਂ ਨਾ ਹੋਣ ਕਿਸੇ ਹੋਰ ਦੇ ਨਾਲ, ਐਂਡ ਕੁਛ ਸੁਜੈਸ਼ਨਸ ਕਿ ਜੋ ਸਾਨੂੰ ਟ੍ਰਿਪ ਦੇ ਰਿਗਾਰਡਿੰਗ ਪੂਰੇ ਟ੍ਰਿਪ ਦੇ ਵਿੱਚ ਪਤਾ ਲੱਗਿਆ ਜਾਂ ਅਸੀਂ ਮਹਿਸੂਸ ਕੀਤਾ, ਓਬਜ਼ਰਵ ਕੀਤਾ ਕੀ ਨਾਲ ਲੈ ਕੇ ਜਾਣਾ ਚਾਹੀਦਾ ਸੀਗਾ, ਕੀ ਨਾਲ ਨਹੀਂ ਲੈ ਕੇ ਜਾਣਾ ਚਾਹੀਦਾ ਸੀਗਾ, ਕੁਛ ਐਕਸਟਰਾ ਚੀਜ਼ਾਂ ਸੀਗੀਆਂ ਜੋ ਅਸੀਂ ਨਾਲ ਲੈ ਕੇ ਗਏ, ਨਹੀਂ ਲੈ ਕੇ ਜਾਣੀਆਂ ਚਾਹੀਦੀਆਂ ਸੀ, ਬਟ ਚਲੋ ਫਿਰ ਵੀ ਅਸੀਂ ਲੈ ਕੇ ਗਏ ਆਪਣੀ ਇੱਕ ਸੇਫ ਸਾਈਡ ਲੈ ਕੇ। ਸਭ ਤੋਂ ਪਹਿਲਾਂ ਆਉਂਦੀ ਹੈ ਜੀ ਟਿਪਸ ਐਂਡ ਟ੍ਰਿਕਸ ਦੀ ਗੱਲ। ਟਿਪਸ ਐਂਡ ਟ੍ਰਿਕ ਦੇ ਵਿੱਚ ਅਸੀਂ ਜੇ ਲੈ ਕੇ ਚੱਲੀਏ ਤਾਂ ਉਹ ਆਉਂਦੀ ਹੈ ਜੀ, ਸਭ ਤੋਂ ਪਹਿਲੀ ਗੱਲ ਜਿਹੜੀ ਆਉਂਦੀ ਹੈ ਉਹ ਆਉਂਦੀ ਹੈ ਡਰਾਈਵਿੰਗ ਦੀ। ਅਗਰ ਤੁਸੀਂ ਇੱਕ ਪਰਫੈਕਟ ਡਰਾਈਵਰ ਹੋ, ਮਾਊਂਟੇਨਸ 'ਚ ਤੁਸੀਂ ਚਲਾਉਣਾ ਜਾਣਦੇ ਹੋ, ਦੈਨ ਤੁਹਾਨੂੰ ਕੋਈ ਦਿੱਕਤ ਨਹੀਂ ਹੈ, ਤੁਸੀਂ ਮਨਾਲੀ ਵਾਲੇ ਰੂਟ ਤੋਂ ਵੀ ਜਾ ਸਕਦੇ ਹੋ, ਸ਼੍ਰੀਨਗਰ ਵਾਲੇ ਰੂਟ ਤੋਂ ਵੀ ਜਾ ਸਕਦੇ ਹੋ। ਅਗਰ ਤੁਸੀਂ ਐਡਵਾਂਸ ਡਰਾਈਵਰ ਵੀ ਹੋ ਤਾਂ ਵੀ ਜਾ ਸਕਦੇ ਹੋ। ਸਿਰਫ ਇੱਕ ਦਿੱਕਤ ਆਉਂਦੀ ਹੈ ਅਗਰ ਅਸੀਂ ਲਗਾਈਏ ਜਿਸਪਾ ਤੋਂ ਜਦੋਂ ਅਸੀਂ ਅੱਗੇ ਜਾਂਦੇ ਹਾਂ, ਜਦੋਂ 12 ਲੱਛਾ ਪਾਸ ਆਉਂਦਾ, ਥੋੜ੍ਹਾ ਜਿਹਾ ਉੱਥੇ ਰੋਡ ਕੰਜਸਟਿਡ ਹੈ, ਸਿਰਫ ਉੱਥੇ ਗੱਡੀ ਚਲਾਉਣ ਨੂੰ ਥੋੜ੍ਹੀ ਦਿੱਕਤ ਹੈ, ਕਿਉਂਕਿ ਅਗਰ ਦੂਜੀ ਸਾਈਡ ਤੋਂ ਵੀ ਟ੍ਰੈਫਿਕ ਆ ਰਿਹਾ, ਬਾਈ ਚਾਂਸ ਅਗਰ ਟਰੱਕ ਆ ਗਿਆ ਤਾਂ ਉਹਨੂੰ ਸਾਈਡ ਦੇਣੀ ਪ੍ਰੋਪਰਲੀ ਹੈ, ਕਿਉਂਕਿ ਉਹਦੀ ਵਾਲੀ ਸਾਈਡ 'ਤੇ ਖਾਈ ਹੈ, ਸਾਡੀ ਵਾਲੀ ਸਾਈਡ 'ਤੇ ਪਹਾੜ ਹੈ। ਜੋ ਸਾਡੇ ਨਾਲ ਦਿੱਕਤ ਆਈ ਸੀਗੀ ਜਿਸ ਟਾਈਮ 'ਤੇ ਅਸੀਂ ਗਏ ਸੀਗੇ, ਉਸ ਟਾਈਮ 'ਤੇ ਸਨੋਅ ਪਈ ਹੋਈ ਸੀਗੀ, ਜਿਸ ਕਰਕੇ ਸਾਡੀ ਵਾਲੀ ਸਾਈਡ ਜ਼ਿਆਦਾ ਬਲੋਕ ਸੀਗੀ, ਉਹਨਾਂ ਵਾਲੀ ਸਾਈਡ ਤਾਂ ਵੈਸੇ ਹੀ ਜਿਵੇਂ ਖਾਈ ਸੀਗੀ ਅਤੇ ਬੜਾ ਦਿੱਕਤ ਵਾਲੀ ਗੱਲ ਸੀ। ਸੋ ਸਭ ਤੋਂ ਵੱਡੀ ਗੱਲ ਇਹ ਹੈ, ਅਗਰ ਤੁਸੀਂ ਪਰਫੈਕਟ ਡਰਾਈਵਰ ਨਹੀਂ ਹੋ, ਤੁਸੀਂ ਹੁਣੇ ਹੁਣੇ ਚਲਾਉਣਾ ਸਿੱਖੇ ਹੋ, ਜਾਂ ਤੁਸੀਂ ਇੱਕ ਰਿਸਕ ਨਹੀਂ ਲੈਣਾ ਚਾਹੁੰਦੇ, ਤਾਂ ਮੇਰਾ ਸੁਜੈਸ਼ਨ ਹੈ ਕਿ ਤੁਸੀਂ ਅਗਰ ਸ਼੍ਰੀਨਗਰ ਵਾਲੇ ਰੂਟ ਤੋਂ ਜਾਂਦੇ ਹੋ ਤਾਂ ਉਹ ਬਹੁਤ ਵਧੀਆ ਰੂਟ ਹੈ, ਕਿਉਂਕਿ ਅਸੀਂ ਵਾਪਸੀ ਉੱਧਰੋਂ ਆਏ ਹਾਂ ਅਤੇ ਮੈਂ ਕਹਿੰਦਾ ਜੀ ਉਹਦੇ ਰੂਟ ਬਿਲਕੁਲ ਹਾਈਵੇ ਪਲੇਨ ਹੈ, ਕੋਈ ਦਿੱਕਤ ਨਹੀਂ ਹੈ, ਚੌੜੀ ਸੜਕ ਹੈ, ਜਿਵੇਂ ਕਿ ਇੱਧਰਲੀ ਆਪਾਂ ਮਨਾਲੀ ਵਾਲੀ ਸੜਕ ਲਾ ਲਈਏ ਉਹਦੇ ਨਾਲੋਂ ਡਬਲ ਹੈ। ਅਤੇ ਮੈਂ ਇਹ ਸੁਜੈਸ਼ਨ ਦਊਂਗਾ ਕਿ ਅਗਰ ਤੁਸੀਂ ਜਾ ਵੀ ਰਹੇ ਹੋ ਤਾਂ ਤੁਸੀਂ ਇੱਧਰਲੀ ਸਾਈਡ ਤੋਂ ਜਾਓ, ਸ਼੍ਰੀਨਗਰ ਵਾਲੀ ਸਾਈਡ ਤੋਂ ਜਾਓ, ਕਿਉਂਕਿ ਰੂਟ ਉਨਾ ਹੀ ਪੈਣਾ। ਹਾਂ, ਅਗਰ ਤੁਹਾਡਾ ਮਨ ਸ਼੍ਰੀਨਗਰ ਵਾਲੀ ਸਾਈਡ 'ਤੇ ਜਾਣ ਦਾ ਨਹੀਂ ਹੈ, ਤੁਸੀਂ ਕਹਿੰਦੇ ਹੋ ਕਿ ਅਸੀਂ ਮਨਾਲੀ ਵਾਲੀ ਸਾਈਡ ਤੋਂ ਜਾ ਕੇ ਲੇਹ ਜਾ ਕੇ ਲੇਹ ਤੋਂ ਵਾਪਸ ਮਨਾਲੀ ਤੋਂ ਘਰ ਜਾਣਾ, ਦੈਨ ਇਹੀ ਹੈ। ਸੋ ਦੂਜੀ ਸੁਜੈਸ਼ਨ ਹੈ, ਦੂਜੀ ਜਿਹੜੀ ਟਿਪ ਹੈਗੀ ਹੈ ਉਹ ਇਹ ਹੈ ਕਿ ਕਾਰ ਜਿਹੜੀ ਅਗਰ ਤੁਸੀਂ ਡਰਾਈਵਿੰਗ ਕਰ ਰਹੇ ਹੋ, ਪਹਿਲੀ ਗੱਲ ਤਾਂ ਕੋਸ਼ਿਸ਼ ਕਰੋ ਕਿ 5 ਵਜੇ ਤੋਂ ਬਾਅਦ 6 ਵਜੇ ਤੋਂ ਬਾਅਦ ਇੱਧਰਲੀ ਰੋਡ 'ਤੇ ਨਾ ਡਰਾਈਵਿੰਗ ਕਰੋ, ਕਿਉਂਕਿ ਇੱਕ ਤਾਂ ਇੱਥੇ ਕੋਈ ਸਟਰੀਟ ਲਾਈਟ ਨਹੀਂ ਹੈ, ਰਾਤ ਨੂੰ ਬਹੁਤ ਦਿੱਕਤ ਆਉਂਦੀ ਹੈ। ਅਸੀਂ ਜਦੋਂ ਆਪਣਾ ਟ੍ਰਿਪ ਸ਼ੁਰੂ ਕੀਤਾ ਸੀਗਾ, ਅਸੀਂ ਪਹਿਲੇ ਚੀਜ਼ ਇਹੀ ਸੋਚੀ ਸੀਗੀ ਕਿ ਅਸੀਂ 6 ਵਜੇ ਤੋਂ ਬਾਅਦ, ਪਹਿਲੇ ਤਾਂ 5 ਵਜੇ ਤੋਂ ਬਾਅਦ ਅਸੀਂ ਡਰਾਈਵਿੰਗ ਕਰਾਂਗੇ ਹੀ ਨਹੀਂ, ਹਾਰਡਲੀ ਟੂ ਹਾਰਡਲੀ 6 ਵਜੇ ਤੱਕ ਡਰਾਈਵਿੰਗ ਕਰਾਂਗੇ, 6 ਵਜੇ ਤੋਂ ਬਾਅਦ ਡਰਾਈਵਿੰਗ ਨਹੀਂ ਕਰਾਂਗੇ, ਜਿੱਥੇ ਸਟੇ ਮਿਲ ਗਿਆ ਉੱਥੇ ਸਟੇ ਲੈ ਲਾਂਗੇ। ਸੋ ਉਸ ਤੋਂ ਬਾਅਦ ਆਉਂਦੀ ਹੈ ਜੀ ਮਿਸਟੇਕਸ ਦੀ ਗੱਲ। ਜਾਣ ਤੋਂ ਪਹਿਲਾਂ ਅਸੀਂ ਪੂਰੀ ਰਿਸਰਚ ਕੀਤੀ ਕਿ ਕਿਹੜਾ ਸਿਮ ਲੇਹ 'ਚ ਚੱਲਦਾ, ਸਾਡੇ ਦਿਮਾਗ ਦੇ ਵਿੱਚ ਇਹੀ ਸੀ ਕਿ ਲੇਹ 'ਚ ਕਿਹੜਾ ਸਿਮ ਚੱਲਦਾ, ਅਸੀਂ ਰਸਤੇ ਵਾਸਤੇ ਨਹੀਂ ਦੇਖਿਆ। ਇਹ ਸਭ ਤੋਂ ਸਾਡੀ ਸਭ ਤੋਂ ਵੱਡੀ ਮਿਸਟੇਕ ਸੀ
ਕਿਉਂਕਿ ਜਿਸਪਾ ਤੋਂ ਬਾਅਦ ਜਦੋਂ ਪਾਂਗ ਆਉਂਦਾ ਉੱਥੇ ਜਾ ਕੇ ਕੋਈ ਵੀ ਨੈਟਵਰਕ ਤੁਹਾਡਾ ਕੰਮ ਨਹੀਂ ਕਰੇਗਾ, ਸਿਰਫ ਤੇ ਸਿਰਫ ਜੀਓ ਦਾ ਕੰਮ ਕਰੇਗਾ। ਸੋ ਸਾਨੂੰ ਇਹ ਬੜੀ ਦਿੱਕਤ ਆਈ ਸੀ, ਕਿਉਂਕਿ ਜਿੱਦਾਂ ਹੁਣ ਮੈਂ ਤੁਹਾਨੂੰ ਅੱਗੇ ਦੱਸੂਂਗਾ ਕਿ ਜੋ ਸਾਡਾ ਰੂਟ ਪਲਾਨ ਸੀਗਾ, ਜੋ ਅਸੀਂ ਬਣਾਇਆ ਸੀਗਾ, ਉਹ ਹੋਰ ਸੀ। ਬਟ ਕਹਿੰਦੇ ਆ ਕਿ ਕੁਦਰਤ ਦੇ ਅੱਗੇ ਕੋਈ ਵੱਸ ਨਹੀਂ ਹੈ। ਸੋ ਸਾਡਾ ਥੋੜ੍ਹਾ ਜਿਹਾ ਪਲਾਨ ਚੇਂਜ ਹੋ ਗਿਆ ਸੀਗਾ, ਐਂਡ ਜਿੰਨੇ ਅਸੀਂ ਦਿਨ ਲੈ ਕੇ ਚੱਲੇ ਸੀਗੇ ਕਿ ਅਸੀਂ ਇੰਨੇ ਦਿਨ ਦੇ ਵਿੱਚ ਵਾਪਸ ਆ ਜਾਵਾਂਗੇ, ਓਬਵੀਅਸਲੀ ਗੱਲ ਹੈ ਕਿ ਉਸ ਤੋਂ ਥੋੜ੍ਹੇ ਜ਼ਿਆਦਾ ਹੀ ਲੱਗੇ ਸੀਗੇ। ਸੋ ਸਜੈਸ਼ਨਸ ਦੇ ਵਿੱਚ ਹੋਰ ਚੀਜ਼ ਹੈ ਕਿ ਐਡਵਾਂਸ ਬੁਕਿੰਗ ਜ਼ਰੂਰ ਕਰਾ ਕੇ ਚੱਲੋ, ਜਿਵੇਂ ਕਿ ਤੁਸੀਂ ਹੋਟਲ ਬੁਕਿੰਗ ਹੈ, ਅਗਰ ਤੁਸੀਂ ਕੈਂਪਿੰਗ ਕਰ ਰਹੇ ਹੋ ਫਿਰ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਹੈ। ਕੈਂਪਿੰਗ ਹਰ ਜਗ੍ਹਾ 'ਤੇ ਹੋ ਜਾਂਦੀ ਹੈ, ਮਨਾਲੀ 'ਚ ਵੀ ਹੋ ਜਾਂਦੀ ਹੈ, ਜਿਸਪਾ 'ਚ ਵੀ ਹੋ ਜਾਂਦੀ ਹੈ, ਪਾਂਗ 'ਚ ਵੀ ਹੋ ਜਾਏਗੀ, ਈਵਨ ਕਿ ਲੇਹ 'ਚ ਵੀ ਹੋ ਜਾਏਗੀ। ਜੇ ਤੁਸੀਂ ਸ਼੍ਰੀਨਗਰ ਵਾਇਆ ਆ ਰਹੇ ਹੋ ਤਾਂ ਸ਼੍ਰੀਨਗਰ ਦੇ ਵਿੱਚ ਵੀ ਹੋ ਜਾਏਗੀ, ਬਟ ਮੈਂ ਥੋੜ੍ਹਾ ਜਿਹਾ ਉਸ ਚੀਜ਼ ਵੱਲ ਨਹੀਂ ਸੀਗਾ, ਇਸ ਕਰਕੇ ਮੈਂ ਸ਼੍ਰੀਨਗਰ ਕੈਂਪਿੰਗ ਨਹੀਂ ਕੀਤੀ। ਸੋ ਐਡਵਾਂਸ ਬੁਕਿੰਗ ਜ਼ਰੂਰ ਕਰਾ ਕੇ ਚੱਲੋ, ਖਾਸ ਕਰਕੇ ਕਿਹਦੀ, ਅਗਰ ਤੁਸੀਂ ਸ਼੍ਰੀਨਗਰ ਜਾਣਾ ਹੈ, ਸ਼੍ਰੀਨਗਰ ਤੁਸੀਂ ਗੰਡੋਲਾ ਰਾਈਡ ਲੈਣੀ ਹੈ, ਉਹਦੇ ਲਈ ਤੁਸੀਂ ਜ਼ਰੂਰ ਆਪਣੀ ਐਡਵਾਂਸ ਬੁਕਿੰਗ ਕਰਾ ਕੇ ਚੱਲੋ, ਉਹ ਡੇ ਦੀ ਸਲੋਟ ਦੀ ਜਿਸ ਟਾਈਮ 'ਤੇ ਤੁਸੀਂ ਫ੍ਰੀ ਹੋ, ਕਿਉਂਕਿ ਇਹ ਜਿਹੜੀ ਬੁਕਿੰਗ ਹੈ ਇਹ 1 ਘੰਟਾ ਪਹਿਲੇ ਵੀ ਹੋ ਜਾਂਦੀ ਹੈ, 4 ਦਿਨ ਪਹਿਲੇ ਵੀ ਹੋ ਜਾਂਦੀ ਹੈ, ਰੇਟ ਸੇਮ ਹੀ ਹੈ। ਇਹ ਨਾ ਕਹੀਓ ਕਿ ਉੱਥੇ ਜਾ ਕੇ ਬੁਕਿੰਗ ਕਰਾ ਲਾਂਗੇ, ਕਿਉਂਕਿ ਉੱਥੇ ਬਹੁਤ ਦਿੱਕਤ ਹੈ, ਕਈ ਲੋਕਾਂ ਨੂੰ ਬਹੁਤ ਦਿੱਕਤ ਆਈ ਹੈ। ਅਸੀਂ ਵੀ ਬੁਕਿੰਗ ਕਰਾ ਕੇ ਨਹੀਂ ਗਏ ਸੀਗੇ, ਬਟ ਜਦੋਂ ਅਸੀਂ ਸ਼੍ਰੀਨਗਰ ਪਹੁੰਚੇ, ਜਿਹੜੇ ਹੋਟਲ 'ਚ ਅਸੀਂ ਸਟੇ ਕੀਤਾ ਸੀਗਾ, ਲਾਲ ਚੌਂਕ ਦੇ ਕੋਲ ਸੀਗਾ ਲੀ ਹੈਰੀਟੇਜ, ਸਾਨੂੰ ਜਿਹੜੇ ਹੋਟਲ ਦੇ ਓਨਰ ਸੀਗੇ ਬੜੇ ਵਧੀਆ ਸੀਗੇ, ਉਹਨਾਂ ਨੇ ਸਾਨੂੰ ਜਿੱਦਾਂ ਹੀ ਅਸੀਂ ਚੈੱਕ ਇਨ ਕੀਤਾ, ਅਸੀਂ ਉਹਨਾਂ ਨੂੰ ਪੁੱਛਿਆ ਕਿ ਅਸੀਂ ਗੁਲਮਰਗ ਜਾਣਾ ਗੰਡੋਲਾ ਰਾਈਡ ਲੈਣ ਲਈ, ਅਤੇ ਉਹਨਾਂ ਨੇ ਸਾਨੂੰ ਸੁਜੈਸ਼ਨ ਦਿੱਤੀ ਕਿ ਤੁਸੀਂ ਟਿਕਟਸ ਵਗੈਰਾ ਕਰਾਈਆਂ, ਅਤੇ ਅਸੀਂ ਕਿਹਾ ਨਹੀਂ ਉੱਥੇ ਜਾ ਕੇ ਲੈ ਲਾਂਗੇ, ਉਹ ਕਹਿੰਦੇ ਨਹੀਂ ਉੱਥੇ ਜਾ ਕੇ ਜੇ ਤੁਸੀਂ ਲਓਗੇ ਤੁਹਾਨੂੰ ਸਿਰਫ ਫੇਸ 1 ਦੀ ਟਿਕਟ ਮਿਲੇਗੀ, ਫੇਸ 2 ਦੀ ਨਹੀਂ ਮਿਲੇਗੀ, ਇਸ ਕਰਕੇ ਤੁਹਾਨੂੰ ਟਿਕਟ ਆਲਰੇਡੀ ਐਡਵਾਂਸ ਬੁੱਕ ਕਰਵਾਉਣੀ ਪਏਗੀ, ਕਿਉਂਕਿ ਫੇਸ 2 ਤੱਕ ਬਹੁਤ ਰਸ਼ ਹੋ ਜਾਂਦਾ। ਅਗਰ ਤੁਸੀਂ ਫੇਸ 2 ਤੱਕ ਜਾਣਾ ਤਾਂ ਤੁਹਾਨੂੰ ਐਡਵਾਂਸ ਬੁਕਿੰਗ ਕਰਵਾਉਣੀ ਹੀ ਪਏਗੀ, ਰੇਟ ਸੇਮ ਹੀ ਹੈ, ਇਹਦੇ 'ਚ ਕੋਈ ਇਹ ਨਹੀਂ ਹੈ ਕਿ ਅਗਰ ਤੁਸੀਂ ਔਨਲਾਈਨ ਬੁੱਕ ਕਰਵਾਉਂਦੇ ਹੋ ਜਾਂ ਐਡਵਾਂਸ 'ਚ ਕਰਾਉਂਦੇ ਹੋ ਤਾਂ ਪੈਸੇ ਜ਼ਿਆਦਾ ਪੈਣਗੇ, ਇੱਦਾਂ ਦਾ ਕੁਛ ਨਹੀਂ ਹੈ। ਜ਼ਿਆਦਾਤਰ ਲੋਕ, ਮੈਂ ਉੱਥੇ ਦੇਖਿਆ ਕਿ 80-85% ਲੋਕ ਐਡਵਾਂਸ ਬੁਕਿੰਗ ਕਰਾ ਕੇ ਆਏ ਹੋਏ ਸੀ, ਜਿਹੜੇ ਫੇਸ 2 ਤੱਕ ਗਏ ਨੇ, ਜਿਹੜੇ ਉੱਥੇ ਔਨ ਦਾ ਸਪੋਟ ਆਏ, ਜਿਹੜੇ ਇਹ ਸੋਚ ਕੇ ਆਏ ਸੀਗੇ ਕਿ ਆਪਾਂ ਉੱਥੇ ਜਾ ਕੇ ਕਰਾਵਾਂਗੇ, ਉਹਨਾਂ ਨੂੰ ਬਹੁਤ ਦਿੱਕਤ ਆਈ। ਵਿੱਚੋਂ ਮੇਰੇ ਵੀ ਨਾਲ ਕੋਈ ਉੱਥੇ ਜਿਵੇਂ ਲਿੰਕ ਬਣ ਗਏ ਸੀ 2 ਬੰਦਿਆਂ ਦੇ ਨਾਲ, ਉਹਨਾਂ ਨੇ ਟਿਕਟ ਕਰਾਈ ਨਹੀਂ ਹੋਈ ਸੀਗੀ, ਉਹ ਕਹਿੰਦੇ ਅਸੀਂ ਉੱਥੇ ਜਾ ਕੇ ਕਰਾਵਾਂਗੇ, ਉੱਥੇ ਗਏ ਸਿਰਫ ਫੇਸ 1 ਦੀ ਮਿਲ ਰਹੀ ਸੀ, ਫੇਸ 2 ਦੀ ਅਵੇਲੇਬਲ ਹੀ ਨਹੀਂ ਸੀ, ਕਿਉਂਕਿ ਸਲੋਟ ਟਾਈਮਿੰਗਸ ਹੈ ਉਹ ਸਲੋਟ ਦੇ ਹਿਸਾਬ ਨਾਲ ਭੇਜਦੇ ਆ, ਜਦੋਂ ਤੁਹਾਡੇ ਫੇਸ 2 ਦੇ ਉਹਨਾਂ ਦੇ ਸਲੋਟ ਬਿਲਕੁਲ ਫੁੱਲ ਹੋ ਗਏ ਔਨਲਾਈਨ ਹੀ, ਉਹਨਾਂ ਨੇ ਫੇਸ 2 ਬੰਦ ਕਰ ਦੇਣਾ, ਫੇਸ 2 ਦੇ ਅੰਦਰ ਤੁਸੀਂ ਨਹੀਂ ਜਾ ਸਕਦੇ, ਚਾਹੇ ਤੁਸੀਂ ਟਿਕਟ ਔਨ ਉੱਥੋਂ ਦੀ ਔਨ ਦਾ ਸਪੋਟ ਜਾ ਕੇ ਪਰਚੇਜ਼ ਕੀਤੀ ਹੈ। ਸੋ ਇਹਦੇ 'ਚ ਕੁਛ ਨਹੀਂ ਹੈ, ਤੁਸੀਂ ਐਡਵਾਂਸ ਬੁਕਿੰਗ ਕਰਾ ਕੇ ਚੱਲੋ। ਇੱਕ ਗੱਲ ਹੋਰ, ਸਭ ਤੋਂ ਵੱਡੀ ਸੁਜੈਸ਼ਨ ਹੈ, ਵਾਟਰ ਬੋਟਲ ਆਪਣੀ ਗੱਡੀ ਦੇ ਵਿੱਚ, ਅਗਰ ਤੁਸੀਂ ਇੰਨੇ ਲੰਬੇ ਟ੍ਰਿਪ 'ਤੇ ਜਾ ਰਹੇ ਹੋ ਤਾਂ ਘੱਟੋ ਘੱਟ ਵੀ ਨਾ ਕਰਦੇ 10-15 ਬੋਤਲਾਂ ਤੁਸੀਂ ਆਪਣੀ ਗੱਡੀ ਦੇ ਵਿੱਚ ਜ਼ਰੂਰ ਰੱਖੋ, ਕਿਉਂਕਿ ਮੈਨੂੰ ਬਹੁਤ ਦਿੱਕਤ ਆਈ ਸੀਗੀ, ਮੈਂ ਤਾਂ ਨਾਲ ਦੇ ਨਾਲ ਲੈਂਦਾ ਰਿਹਾ। ਜਦੋਂ ਅਸੀਂ ਜਿਸਪਾ ਟੂ ਪਾਂਗ ਗਏ ਹਾਂ, ਸਾਡੇ ਅੱਗੇ ਇੱਕ ਫੋਰਨਰਸ ਦੀ ਗੱਡੀ ਸੀਗੀ, ਉਹ ਡਰਾਈਵਰ ਵੀ ਨਵਾਂ ਸੀਗਾ, ਡਰਾਈਵਰ ਵੀ ਪਹਿਲੀ ਵਾਰੀ ਜਾ ਰਿਹਾ ਸੀਗਾ ਲੇਹ, ਉਹਨੂੰ ਪਤਾ ਨਹੀਂ ਸੀਗਾ ਵੀ ਅੱਗੇ ਕੋਈ ਰੈਸਟੋਰੈਂਟ ਮਿਲੇਗਾ ਜਾਂ ਢਾਬਾ ਮਿਲੇਗਾ ਨਹੀਂ ਮਿਲੇਗਾ, ਉਹ ਉੱਦਾਂ ਹੀ ਜਿਸਪਾ ਤੋਂ ਜਿਵੇਂ ਨਿਕਲ ਗਿਆ ਸਾਡੇ ਨਾਲ ਹੀ, ਜਿਹੜੇ ਹੋਟਲ 'ਚ ਅਸੀਂ ਕੈਂਪਿੰਗ ਕੀਤੀ ਸੀ ਉਹੀ ਹੋਟਲ ਦੇ ਵਿੱਚ ਉਹਨਾਂ ਨੇ ਸਟੇ ਕੀਤਾ ਸੀਗਾ। ਉਹਨਾਂ ਨੇ ਮੇਰੇ ਹਿਸਾਬ ਨਾਲ ਯਾਰ 1 ਜਾਂ 2 ਬੋਤਲਾਂ ਪਾਣੀ ਦੀ ਲਈਆਂ ਸੀ, ਉਹਨਾਂ ਨੂੰ ਸੀਗਾ ਕਿ ਅਸੀਂ ਲੇਹ ਪਹੁੰਚ ਜਾਵਾਂਗੇ, ਬਟ ਉਹ ਪਹੁੰਚ ਨਹੀਂ ਸਕੇ, ਕਿਉਂ? ਕਿਉਂਕਿ ਜਦੋਂ ਅਸੀਂ ਜਿਸਪਾ ਤੋਂ ਨਿਕਲੇ ਡਾਰਚਾ ਬ੍ਰਿਜ 'ਤੇ ਸਾਨੂੰ ਰੋਕ ਲਿਆ ਗਿਆ, ਕਿਉਂਕਿ ਉੱਪਰ 1 ਦਿਨ ਪਹਿਲੇ ਸਨੋਫਾਲ ਹੋਈ ਸੀਗੀ, ਉਹਦੇ ਕਰਕੇ ਲੈਂਡਸਲਾਈਡ ਹੋਈ ਸੀਗੀ, ਜਿਸ ਕਰਕੇ ਉਹਨਾਂ ਨੇ ਸਾਨੂੰ ਰੋਕਤਾ ਉੱਥੇ। ਅਸੀਂ ਉੱਥੇ ਥੋੜ੍ਹਾ ਜਿਹਾ ਜਿਵੇਂ ਆਈ ਥਿੰਕ ਸੋ 4-5 ਘੰਟੇ ਅਸੀਂ ਉੱਥੇ ਖੜ੍ਹੇ ਰਹੇ ਹਾਂ, ਜਿਵੇਂ ਸਵੇਰੇ ਅਸੀਂ ਨਿਕਲੇ 8 ਵਜੇ, 4-5 ਘੰਟੇ ਖੜ੍ਹੇ ਰਹੇ ਉੱਥੇ, 2 ਕੁ ਵਜੇ ਅਸੀਂ ਉੱਥੋਂ ਨਿਕਲੇ, ਅਤੇ ਮੈਨੂੰ ਪੂਰਾ ਅੰਦਾਜ਼ਾ ਹੋ ਚੁੱਕਾ ਸੀਗਾ ਕਿ ਅਸੀਂ 2 ਵਜੇ ਅਗਰ ਡਾਰਚਾ ਤੋਂ ਨਿਕਲ ਰਹੇ ਹਾਂ ਤਾਂ ਲੇਹ ਤਾਂ ਅਸੀਂ ਕਿਸੇ ਹਾਲ 'ਚ ਨਹੀਂ ਪਹੁੰਚਾਂਗੇ। ਸਭ ਤੋਂ ਪਹਿਲੀ ਪ੍ਰੈਫਰੈਂਸ ਸੀਗੀ ਸਾਡੀ ਸਰਚੂ, ਜੋ ਅਸੀਂ ਸੁਣਿਆ ਹੋਇਆ ਸੀ ਲੋਕਾਂ ਤੋਂ, ਐਂਡ ਮੈਂ ਸਰਚ ਕੀਤੀ ਹੋਈ ਸੀਗੀ, ਕਿਉਂਕਿ
सरचू ਦੇ ਵਿੱਚ ਤੁਹਾਨੂੰ ਹੋਟਲਸ ਵੀ ਮਿਲ ਜਾਣਗੇ। ਹੋਟਲਸ ਮਤਲਬ ਇਦਾਂ ਨਹੀਂ ਹੈ ਕਿ ਪ੍ਰੋਪਰਲੀ ਹੋਟਲ ਨੇ, ਉਹ ਜਸਟ ਸ਼ੇਅਰਿੰਗ ਬੇਸਿਸ ਤੇ ਕੈਂਪ ਦੇ ਵਿੱਚ ਤੁਹਾਨੂੰ ਜਗ੍ਹਾ ਮਿਲ ਜਾਂਦੀ ਹੈ। 200 ਤੋਂ ਲੈ ਕੇ 500 ਤੱਕ ਚਾਰਜ ਕਰਦੇ ਆ। ਸੋ ਬਟ ਮੈਂ ਉੱਥੇ ਨਹੀਂ ਰੁਕਿਆ ਕਿਉਂਕਿ ਮੈਨੂੰ ਉੱਥੇ ਥੋੜ੍ਹੀ ਆਕਸੀਜਨ ਦੀ ਪ੍ਰੋਬਲਮ ਹੋ ਰਹੀ ਸੀਗੀ। ਮੈਂ ਥੋੜ੍ਹੀ ਜਿਹੀ ਗੱਡੀ ਅੱਗੇ ਖਿੱਚੀ ਕਿਉਂਕਿ ਉਦੋਂ ਤੱਕ ਜਦ ਤੱਕ ਅਸੀਂ ਸਰਚੂ ਪਹੁੰਚੇ ਉਦੋਂ ਤੱਕ 4:30 ਵਜੇ ਸੀ, ਅਤੇ ਮੈਨੂੰ ਸੀਗਾ ਕਿ ਚੱਲ ਮੈਂ 5:30 ਵਜੇ ਤੱਕ ਗੱਡੀ ਖਿੱਚ ਲਵਾਂਗਾ ਅਤੇ 5 ਜਾ ਕੇ ਰੁਕਦੇ ਹਾਂ। ਮੈਨੂੰ ਨਹੀਂ ਪਤਾ ਸੀਗਾ ਕਿ 5 ਦੇ ਵਿੱਚ ਜਿੱਦਾਂ ਦਾ ਸਰਚੂ ਸਿਸਟਮ ਹੈ ਉੱਦਾਂ ਦਾ ਹੀ ਉੱਥੇ, ਮੈਨੂੰ ਸੀਗਾ ਕਿ 5 'ਚ ਥੋੜ੍ਹੇ ਜਿਹੇ ਹੋਟਲ ਵਧੀਆ ਹੋਣਗੇ, ਬਟ ਬਿਲਕੁਲ ਨਹੀਂ। ਇੱਕ ਤਾਂ ਉੱਥੇ ਨੈਟਵਰਕ ਨਹੀਂ, ਦੂਜਾ ਉੱਥੇ ਬਿਲਕੁਲ ਇਲੈਕਟ੍ਰਿਸਿਟੀ ਨਹੀਂ ਹੈਗੀ। ਇਨਵਰਟਰ ਤਾਂ ਉੱਥੇ ਜ਼ਿਆਦਾਤਰ ਲੋਕ ਚਲਾਉਂਦੇ ਕਿਉਂਕਿ ਉਹ ਕਹਿੰਦੇ ਨੇ ਕਿ ਸਵੇਰੇ 8 ਕਿ 9 ਵਜੇ ਤੱਕ ਲਾਈਟ ਆਉਂਦੀ ਹੈ, ਸਵੇਰੇ 7 ਵਜੇ ਤੋਂ ਲੈ ਕੇ 8-9 ਵਜੇ ਤੱਕ, ਉਸ ਤੋਂ ਬਾਅਦ ਪੂਰਾ ਦਿਨ ਲਾਈਟ ਬੰਦ ਰਹਿੰਦੀ ਹੈ, ਫਿਰ ਰਾਤ ਨੂੰ ਆਉਂਦੀ ਹੈ 8 ਵਜੇ ਤੋਂ ਲੈ ਕੇ 10 ਵਜੇ ਤੱਕ। ਅਤੇ ਜ਼ਿਆਦਾਤਰ ਜਿਹੜੇ ਉੱਥੇ ਜਿਹੜੇ ਜਿਨ੍ਹਾਂ ਨੇ ਆਪਣੇ ਕੈਂਪਸ ਬਣਾਏ ਹੋਏ ਆ ਉਹ ਇਨਵਰਟਰ 'ਤੇ ਕੰਮ ਕਰਦੇ ਆ, ਜਾਂ 3-4 ਕੈਂਪਸ ਨੇ ਮਿਲ ਕੇ ਜਨਰੇਟਰ ਲਾਇਆ ਹੋਇਆ। ਸਭ ਤੋਂ ਵੱਡੀ ਸਾਨੂੰ ਦਿੱਕਤ ਆਈ ਸਿਮ ਦੀ। ਸਾਡਾ ਜਿੱਦਾਂ ਹੀ ਅਸੀਂ ਸਰਚੂ ਕ੍ਰੋਸ ਕੀਤਾ ਨੈਟਵਰਕ ਬਿਲਕੁਲ ਹੀ ਫਿਨਿਸ਼ ਹੋ ਗਿਆ ਏਅਰਟੈਲ ਦਾ, ਬਿਲਕੁਲ ਵੀ ਨੈਟਵਰਕ ਇੱਕ ਡੰਡੀ ਵੀ ਨਹੀਂ ਸੀਗੀ। ਜਿੱਦਾਂ ਹੀ ਅਸੀਂ ਪਾਂਗ ਪਹੁੰਚੇ ਸਾਨੂੰ ਸੀਗਾ ਕਿ ਅਸੀਂ ਆਪਣੇ ਘਰ ਇੱਕ ਵਾਰੀ ਦੱਸ ਦਈਏ ਵੀ ਅਸੀਂ ਬਿਲਕੁਲ ਠੀਕ ਠਾਕ ਹੈਗੇ ਕਿਉਂਕਿ ਸਵੇਰ ਦੀ ਅਸੀਂ ਗੱਲ ਕੀਤੀ ਨਹੀਂ ਸੀਗੀ। ਅਤੇ ਫਿਰ ਉੱਥੇ ਅਸੀਂ ਕਿਸੇ ਨੂੰ ਪੁੱਛਿਆ ਵੀ ਤੁਹਾਡੇ ਮੋਬਾਈਲ 'ਚ ਨੈਟਵਰਕ ਹੈਗਾ, ਐਂਡ ਲੱਕੀਲੀ ਇੱਕ ਬੰਦੇ ਕੋਲ ਜੀਓ ਦਾ ਫੋਨ ਸੀਗਾ ਜਿਹੜੇ ਉੱਥੇ ਰਹਿ ਰਹੇ ਸੀਗੇ। ਅਸੀਂ ਉਹਨਾਂ ਕੋਲ ਫੋਨ ਲਿਆ, ਘਰ ਫੋਨ ਕੀਤਾ, ਅਤੇ ਉਸ ਟਾਈਮ 'ਤੇ ਅਸੀਂ ਇੱਕ ਮਿਸਟੇਕ ਆਪਣੀ ਸਮਝੀ ਕਿ ਅਸੀਂ ਰਸਤੇ 'ਚ ਸਰਚ ਨਹੀਂ ਕੀਤਾ ਕਿ ਰਸਤੇ ਵਾਸਤੇ ਕਿਹੜਾ ਸਿਮ ਚਾਹੀਦਾ। ਜੀਓ ਦਾ ਸਿਮ ਹਰ ਜਗ੍ਹਾ 'ਤੇ ਚੱਲਿਆ, ਏਅਰਟੈੱਲ ਦਾ ਸਿਮ ਜਾ ਕੇ ਚੱਲਿਆ ਲੇਹ ਲਦਾਖ 'ਚ, ਸ਼੍ਰੀਨਗਰ 'ਚ, ਮਨਾਲੀ 'ਚ ਜਾਂ ਜਿਸਪਾ ਤੱਕ। ਜਿਸਪਾ 'ਚ ਵੀ ਕਈ ਜਗ੍ਹਾ 'ਤੇ ਨੈਟਵਰਕ ਸੀਗਾ, ਕਈ ਜਗ੍ਹਾ 'ਤੇ ਨੈਟਵਰਕ ਬਿਲਕੁਲ ਨਹੀਂ ਸੀਗਾ। ਸੋ ਇਸ ਚੀਜ਼ ਦਾ ਤੁਸੀਂ ਜ਼ਰੂਰ ਧਿਆਨ ਰੱਖਿਓ, ਅਗਰ ਤੁਸੀਂ ਬਾਏ ਰੋਡ ਆ ਰਹੇ ਹੋ ਤਾਂ ਇਸ ਚੀਜ਼ ਨੂੰ ਜ਼ਰੂਰ ਧਿਆਨ 'ਚ ਰੱਖ ਕੇ ਆਇਓ ਕਿ ਤੁਹਾਡਾ ਜਿਹੜਾ ਫੋਨ ਦਾ ਨੈਟਵਰਕ ਹੈ ਉਹ ਕਿਹੜਾ ਹੈ ਅਤੇ ਉਹ ਉੱਥੇ ਚੱਲੇਗਾ ਕਿ ਨਹੀਂ ਚੱਲੇਗਾ, ਇਹ ਜ਼ਰੂਰ ਸਰਚ ਕਰਕੇ ਆਇਓ। ਹੁਣ ਆ ਜਾਂਦੀ ਹੈ ਜੀ ਸਾਡੇ ਰੂਟ ਮੈਪ ਦੀ ਗੱਲ, ਅਸੀਂ ਕਿੱਥੋਂ ਦੀ ਕਿੱਥੇ ਗਏ, ਕਿੱਦਾਂ ਗਏ, ਕਿੰਨੇ ਕਿਲੋਮੀਟਰ ਚੱਲੇ। ਸਭ ਤੋਂ ਪਹਿਲਾਂ ਅਸੀਂ ਚੱਲੇ ਲੁਧਿਆਣੇ ਤੋਂ, ਲੁਧਿਆਣੇ ਤੋਂ ਅਸੀਂ ਗਏ ਮਨਾਲੀ, ਮਨਾਲੀ ਤੋਂ ਅਸੀਂ ਗਏ ਜਿਸਪਾ, ਜਿਸਪਾ ਤੋਂ ਅਸੀਂ ਗਏ ਪਾਂਗ, ਪਾਂਗ ਤੋਂ ਬਾਅਦ ਅਸੀਂ ਗਏ ਲੇਹ। ਲੇਹ ਸਾਡਾ ਸਟੇਅ ਸੀਗਾ 4 ਦਿਨ ਦਾ। ਉਸ ਤੋਂ ਬਾਅਦ ਅਸੀਂ ਗਏ ਨੁਬਰਾ ਵੈਲੀ, ਨੁਬਰਾ ਵੈਲੀ ਤੋਂ ਗਏ ਪੈਂਗੋਂਗ, ਪੈਂਗੋਂਗ ਤੋਂ ਬਾਅਦ ਗਏ ਅਸੀਂ ਲੇਹ, ਜਿਹੜਾ ਇੱਕ ਰਾਤ ਅਸੀਂ ਦੁਬਾਰਾ ਸਟੇਅ ਕੀਤੀ, ਦੁਬਾਰਾ ਆ ਗਏ ਵਾਪਸੀ ਲੇਹ। ਫਿਰ ਲੇਹ ਤੋਂ ਬਾਅਦ ਅਸੀਂ ਗਏ ਸੋਨਮਰਗ, ਸੋਨਮਰਗ ਤੋਂ ਬਾਅਦ ਅਸੀਂ ਆਏ ਸ਼੍ਰੀਨਗਰ। ਸ਼੍ਰੀਨਗਰ ਦੇ ਵਿੱਚ ਅਸੀਂ ਪਹਿਲੇ ਦਿਨ ਗਏ ਗੰਡੋਲਾ ਰਹਿਣ ਲੈਣ ਲਈ ਗੁਲਮਰਗ, ਉਸ ਤੋਂ ਬਾਅਦ ਅਸੀਂ ਲੋਕਲ ਗਾਰਡਨਸ ਘੁੰਮੇ, ਜਿੱਦਾਂ ਕਿ ਤੁਸੀਂ ਦੇਖਿਆ ਹੀ ਹੋਣਾ ਵੀਡੀਓਜ਼ 'ਚ, ਕਿਉਂਕਿ ਉਸ ਦਿਨ ਐਕਚੁਅਲੀ ਹੋਮ ਮਿਨਿਸਟਰ ਜੀ ਨੇ ਉੱਥੇ ਵਿਜ਼ਿਟ ਕਰਨਾ ਸੀਗਾ ਅਤੇ ਸਾਰਾ ਕੁਝ ਬੰਦ ਸੀਗਾ। ਸੈਕਿੰਡ ਡੇ ਫਿਰ ਅਸੀਂ ਗਏ ਬਦਾਮਵਰੀ, ਹਰੀ ਪਰਬਤ ਫੋਰਟ ਐਂਡ 6ਵੇਂ ਪਾਤਸ਼ਾਹੀ ਗੁਰਦੁਆਰੇ। ਫਿਰ ਉਸ ਤੋਂ ਬਾਅਦ ਡੱਲ ਲੇਕ ਗਏ, ਐਂਡ ਲਾਸਟ ਡੇ ਜਿਹੜਾ ਸ਼੍ਰੀਨਗਰ ਸੀਗਾ ਉਹ ਅਸੀਂ ਡੱਲ ਲੇਕ ਹੋ ਕੇ ਐਂਡ ਦੈਨ ਸਿੱਧਾ ਅਸੀਂ ਵਾਪਸੀ ਲੁਧਿਆਣਾ। ਇਹ ਟੋਟਲ ਜਿਹੜਾ ਸਾਡਾ ਰੂਟ ਮੈਪ ਸੀਗਾ, ਜੇ ਅਸੀਂ ਮੈਨੂੰ ਆਪਣੇ ਰੂਟ ਮੈਪ ਦੇ ਹਿਸਾਬ ਨਾਲ ਚੱਲਾਂ, ਕਾਰ ਦੇ ਹਿਸਾਬ ਨਾਲ ਕਿ ਮੇਰੇ ਕਿੰਨੇ ਕਿਲੋਮੀਟਰ ਚੱਲੇ ਆ, 2700-2800 ਕਿਲੋਮੀਟਰ ਮੇਰੀ ਗੱਡੀ ਚੱਲੀ ਹੈ। ਜਦਕਿ ਵੈਸੇ ਜੇ ਮੈਂ ਉੱਦਾਂ ਟ੍ਰਿਪ ਲਾਵਾਂ ਤਾਂ ਬੰਦਾ 2400 ਕਿਲੋਮੀਟਰ ਦਾ। ਇੱਕ ਤਾਂ ਮੇਰਾ ਲੇਹ 4 ਦਿਨ ਦਾ ਟ੍ਰਿਪ ਹੋ ਗਿਆ, ਲੇਹ ਦੇ ਵਿੱਚ ਅਸੀਂ ਮੋਨੈਸਟਰੀਜ਼ ਗਏ, ਹੋਟਲਸ ਵਗੈਰਾ ਘੁੰਮੇ, ਸ਼ਾਂਤੀ ਸਤੂਪਾ ਗਏ, ਗੁਰਦੁਆਰੇ ਗਏ, ਪੱਥਰ ਸਾਹਿਬ ਗੁਰਦੁਆਰੇ ਗਏ, ਮੈਗਨੈਟਿਕ ਹਿੱਲ ਗਏ, ਜਨਸਕਾਰ ਪੁਆਇੰਟ ਗਏ। ਫਿਰ ਉਸ ਤੋਂ ਬਾਅਦ ਸ਼੍ਰੀਨਗਰ ਅਸੀਂ 3-4 ਜਗ੍ਹਾ 'ਤੇ ਘੁੰਮੇ, ਉੱਥੇ ਥੋੜ੍ਹਾ ਜਿਹਾ ਜਿਵੇਂ ਘੁੰਮਣ 'ਚ ਲੱਗੇ। ਮਤਲਬ ਟੋਟਲ ਮੇਰਾ 2700-2800 ਕਿਲੋਮੀਟਰ ਦਾ ਪੂਰਾ ਸਫ਼ਰ ਰਿਹਾ, ਜਿੱਦਾਂ ਕਿ ਤੁਸੀਂ ਮੈਪ 'ਤੇ ਦੇਖ ਹੀ ਸਕਦੇ ਹੋ। ਮੈਪ 'ਤੇ ਮੈਂ ਸਾਰਾ ਦਿਖਾਇਆ ਵੀ ਇਹ ਮੇਰਾ ਪੂਰਾ ਟ੍ਰਿਪ ਹੈ। ਅਤੇ ਟੋਟਲ ਜਿਹੜਾ ਮੇਰਾ ਡੀਜ਼ਲ ਦਾ ਖਰਚਾ ਸੀਗਾ ਇਹ ਤੁਸੀਂ ਦੇਖ ਸਕਦੇ ਹੋ। ਪਹਿਲਾਂ ਮੈਂ ਡੀਜ਼ਲ ਪਵਾਇਆ, ਜਿਹੜਾ ਪਹਿਲਾਂ ਡੀਜ਼ਲ ਆਇਆ ਸੀ ਮੇਰਾ ਉਹ ਪਿਆ ਜੀ 6-6300 ਰੁਪਏ ਦਾ, ਜਿਹੜਾ ਕਿ ਮੈਂ ਲੁਧਿਆਣੇ ਪਵਾਇਆ, ਚੱਲਣ ਲੱਗਿਆ ਟੈਂਕੀ ਫੁੱਲ ਕਰਾਈ ਗੱਡੀ ਦੀ। ਫਿਰ ਮੇਰਾ 3120 ਦਾ ਪਿਆ, ਫਿਰ 4000 ਦਾ, ਮਤਲਬ ਇੱਦਾਂ ਕਰਦੇ 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 23920 ਰੁਪਏ ਦਾ ਮੇਰਾ ਟੋਟਲ ਡੀਜ਼ਲ ਲੱਗਿਆ ਲੁਧਿਆਣਾ ਟੂ ਲੁਧਿਆਣਾ ਵਾਪਸੀ। ਜਿਹੜੇ ਟੋਲ ਲੱਗੇ ਮੇਰਾ, ਟੋਲ ਮੇਰਾ ਟੋਟਲ ਲੱਗਿਆ ਜੀ
तकरीबन 2,000 रुपये का, जिसे कि मेरा इनर लाइन परमिट जरूर आया। मैं ये भी सजैशन च मैं दसना भूल गया, अगर तुम लेह लद्दाख आ रहे हो, लेह लद्दाख तो अगर तुम नुबरा वैली जाना, नुबरा वैली तो पैंगोंग जाना, पैंगोंग तो वापसी आना, इनर लाइन परमिट जरूर तुहाडा लगेगा तुहाडी गड्डी का। वो तुहाडे ग्रुप के हिसाब नाल होएगा कि तुहाडी गड्डी दे विच किन्ने जाने ने, दो जाने या चार जाने है, तुसी कल्ले हो, पांच जाने है, तुसी ग्रुप चैक इन भी कर सकते हो, कल्ले कल्ले भी कर सकते हो। असी ग्रुप किया, दो जाने से असी ग्रुप किया, टोटल साढ़े लगे सी 920 रुपये इनर लाइन परमिट के, जिसे कि असी दस्या कि असी लेह तो जावे नुबरा, नुबरा तो अगले दिन जावे पैंगोंग, पैंगोंग तो वापसी आवेंगे लेह। सो ये भी तुसी अपना करवा के आओ। बट हाँ, ये चीज़ नूं तुसी उत्थे भी जाके ऑन द स्पॉट भी करवा सकते हो, क्योंकि ये डे का बहुत मायने रखता है कि तुसी उसी दिन जा रहे हो। सपोज करो कि तुसी अपने शहर तो चले, इनर लाइन परमिट पहले ही ले लिया, बट तुसी उस दिन उत्थे नहीं जा पाए कोई कारण करके, तुसी रस्ते च लेट हो गए या उत्थे दिक्कत आ गई कोई, तो तुसी अगले दिन जिस दिन का तुसी मिथ्या होया सीगा कि जाना है, तुसी उस दिन नहीं जा सके, ये बहुत बड़ी दिक्कत है। ये तुसी उत्थे ऑन द स्पॉट भी कर सकते हो, ले पहुँच के तुसी इनर लाइन परमिट लै सकते हो कि असी इस दिन जाना है। तुसी ऑनलाइन बुक कर सकते हो, ऑनलाइन जिहड़ी लेह लद्दाख की वैबसाइट हैगी है, तुसी उत्थे जाके इनर लाइन परमिट लै सकते हो। आइए जी होटलों वल। होटल्स असी पहले दिन मनाली दे विच असी होटल स्टे किया, सैकेंड डे असी की कैंपिंग जिसपा दे विच, थर्ड डे असी पांग च रुके, वो भी एक तरह कैंपिंग ही सी, फोर्थ डे असी आए लेह, लेह दे विच असी होटल्स च रुके। हुण होटल का देखो जी, होटल का इदा कि असी फ्रेंडली बजट होटल च रहे, वधिया होटल सीगे, क्योंकि असी गए सीगे ऑफ सीजन दे विच सपटेंबर च, सपटेंबर अक्टूबर च, उस दौरान होटल थोड़ा जहा कंसैशन आ जाती है, थोड़े सस्ते हो जाते हैं, इस करके तुहानू सानू थोड़े सस्ते मिले। अगर तुसी यही जून जुलाई जा रहे हो तो ऑब्वियसली गल है कि जेडे होटल मैनू उस टाइम तो 2,000 का 3,000 का पेगा, वो तुहानू ऑब्वियसली गल है 5-6 हज़ार का पेगा। एंड होटल्स वैरी करते हैं, तुहाडे ते डिपेंड है कि तुसी किदां दा होटल कर रहे हो। मेरा जेड़ा होटल का खर्चा रहा वो तकरीबन 18 से 20 हज़ार का खर्चा रहा, टोटल जेड़ा मेरा सीगा खर्चा डीजल का लग्या तकरीबन 24,000, 20,000 मैं होटल का लैके चलता 44, तो 2,000 मेरा टोल टैक्स का लग्या 46, बाकी जेड़ा उपरला खाण पीन का खर्चा जेड़ा सीगा 4-5 हज़ार रुपये मेरा लग्या, बाकी असी अपने घरों राशन लैके गए सी। गड्डी का मेरा डीजल जरूर ज़्यादा लग्या, क्यों? क्योंकि मैं गड्डी लैके गया सीगा फॉर्चूनर, हूँ फॉर्चूनर लैके गया सीगा क्यों? क्योंकि मेरे को समान बहुत ज़्यादा सी, अगर यही मैं गड्डी दूजी लैके जाता, अगर मैं करेटा लै जाता या वरना लै जाता, सब तो वड्डी गल वरना उत्थे चलनी नहीं सी, सिर्फ प्लेन एरिया चलनी सी। नुबरा वैली तो जिहड़ा रस्ता सीगा पैंगोंग दा, उत्थे जिहड़े जिहदी गड्डी दी ग्राउंड लैवल घट है वो तो बिल्कुल नहीं जा सकती, ग्राउंड लैवल बहुत उच्चा चाहिए, क्योंकि सड़क उत्थे हमेशा टुटी रहती है, वो सड़क बनी नहीं सकती क्योंकि ज़्यादातर उत्थे लैंडस्लाइड्स होंगे रहिंदियां ने बारिश करके। सो अगर मैं वही करेटा लैके जाता तो मैं अपना हिसाब लाया सीगा कि अगर मैं करेटा लैके जाता तो करेटा दे विच तकरीबन मेरा 15 से 16 हज़ार का डीजल लग जाना सीगा टोटल ट्रिप का। बाकी अगर तुसी नुबरा वैली जा रहे हो, नुबरा वैली दे विच ATV राइड हैगी है, वो उन्हां दा फिक्स है, वो बिल्कुल घट नहीं करते, क्योंकि वह कहें कि जिहड़ा उत्थे गवर्नमेंट फीस है उही वह लगाते हैं। कैमल राइड है वो भी फिक्स है, उहदे च भी कोई वो नहीं है कि वह घट करनगे वध करनगे, दो तरह की है, एक 15 मिनट्स की है, एक हाफ एन आवर की है, बट आई थिंक सो 15 मिनट्स इनफ है, हाफ एन आवर उन्होंने दो राउंड उही चीज़ के दो राउंड दे देने हैं, तो 15 मिनट्स भी तुसी इनफ एक्सप्लोर कर सकते हो। अगर तुसी नुबरा जा रहे हो, ATV राइड तो कैमल राइड, ये दो चीज़ा तो जरूर करी हो। दूजी गल, अगर तुसी पैंगोंग जा रहे हो, पैंगोंग दे विच मैं ज़्यादातर देखिया पैंगोंग दे विच ज़्यादातर हवावां बहुत तेज़ होंदी है, तुसी स्टे करना बहुत मुश्किल है। अगर तुसी नेचर लवर हो कि हाँ तुसी कहंदे हो कि नहीं हो मैं
पेंगोंग का, मतलब अगर तुम उसे स्टे करना है कि मैं सवेरे उठते सार पेंगोंग के दर्शन करने हैं सवेरे, मतलब अपना दरवाजा खोला होटल का तो पेंगोंग लेक हो गए, फिर तुम रुक सकते हो, कोई दिक्कत नहीं है। हाँ मैनू बहुत दिक्कत आई सी उ खड़ के, क्योंकि जो जिस मौसम च मैं गया सीगा इन्नी कु तेज़ हवा सी, स्टे करना तो बहुत दूर की गल है, असी उत्थे अद्धा घंटा खड़े नहीं हो सके, इन्नी कु ज़्यादा तेज़ हवा सी, पूछो ना। एंड अगर मैं ऑल ओवर ट्रिप की गल करा, पहले मैं सोचता सीगा कि यार मैं कल्ला जा रहा, कल्ला बंदा गड्डी चलाने वाला ना, दोवे ने की है तो मैनू दिक्कत आएगी, पर एक असी ये मन च सोच के चलिया सीगे कि चलो जिथे तक जाया गया उथे तक चलेंगे, मन सीगा पूरा कि लेह लद्दाख पूरा घूम के आवेंगे, नुबरा पेंगोंग फिर उधरों की श्रीनगर सारा घूम के आवेंगे, बट एक मन च ये भी सीगा कि अगर कल्ले है गए हाँ नहीं कितने गड्डी चलाई गई या तो उत्थे स्टे कर लेंगे, जे उस तो अगे नहीं जाया गया सपोज स्नोफॉल हो गई या बर्फ पै गई रोड पर नहीं गड्डी चलाई जाएगी, उतों ही वापस आ जाएंगे, कोई दिक्कत की गल नहीं होगी। अगर मैं कहूँ लेह लद्दाख की गल करा, तो अगर तुम नेचर लवर हो जरूर तुम कार दे विजिट करो, क्योंकि जो नज़ारा कार च रोड ट्रिप का है, चाहे वह बाइक है चाहे वह कार है, जो नज़ारा रोड ट्रिप का है वह नज़ारा तुम्हें प्लेन दे नहीं आ सकता, क्योंकि मैं वापसी आके मैं पूरा रिसर्च किया कि अगर मैं अपनी कार लैके गया तो मैनू इन्ना खर्चा पिया, एंड अगर मैं प्लेन पर जाता तो मैनू किन्ना खर्चा पेगा, तुसी यकीन नहीं मनोगे कि किसी पॉइंट पर आके ये हो गया सी कि अगर मैं प्लेन पर जाता टिकट्स जरूर सस्तियां ने कि इतों की मैं चंडीगढ़ तो ले लैंदा या दिल्ली तो मैं लेह की फ्लाइट ले लैंदा वो सस्ती पेगी, बट जड़ी अगों की लेह तो नुबरा, नुबरा टू पेंगोंग, पेंगोंग टू फिर ले एंड फिर उतों की तुम श्रीनगर जाना, वो टिकट्स जी अपना टैक्सी की पेमेंट है वो बहुत ज़्यादा है। आई थिंक सो जितने तक मैं देखा सीगा ले टू नुबरा, नुबरा टू पेंगोंग, पेंगोंग टू ले ये पूरी टैक्सी जी है इनोवा गड्डी 25,000 रुपये लेंदी है, तुम देखो मेरा टोटल डीजल जड़ा वा वो 25,000 का लगा है, तो मैं कितने कितने घूम के आ गया। सो ये चीज़ वाल थोड़ा जहा मैं आके देखिया कि वाकई अब ठीक है, अगर तुम कार से जा रहे हो ठीक है, तुम अगर कल्ले हो थोड़े दिन फालतू लगनगे बट इंजॉय पूरा होएगा, ये मेरी गारंटी है। जो उत्थे दे सीन है जो असी जिस अपना पांग तो थोड़ा जहा उपर जाते हैं, जिहड़ी 50 किलोमीटर की रोड आती है बिल्कुल प्लेन ऑसम, मैं कहना भी अज तक मैं इदा की रोड कभी नहीं देखी, नज़ारेदार है। रोड्स थोड़िया जरूर खराब चल रही ने, आने वाले 1 साल 2 साल के काफ़ी रोड्स नवी बन जाएगियाँ, काफ़ी कुछ देखने लिए है, सीनरीज इंजॉय करने वाली ने, एंड अगर तुम जून जुलाई के महीने जा रहे हो तो बाइकर्स बहुत मिलेंगे, एंड रस्ते च मैं एक गल जरूर देखी है कि अगर तुम रस्ते दे विच बाई चांस रोड ट्रिप पर जा रहे हो, अगर तुहाडे नाल खुदा ना खासा कोई इदा की चीज़ हो जाती है कि तुहानू लोड़ पै जाती है किसी चीज़ की, तुहाडी गड्डी खराब हो गई है, तुहाडा बाइक खराब हो गया, मैं ये चीज़ जरूर देखी है रस्ते दे विच, एंड मैं कीती भी है दिलों कहना कि अगर मैं किसी नूं देख लिया या किसी ने मैनू देख लिया कि यार ये रोड पर खड़ा होया बाय कार आ रहा है या बाय बाइक आ रहा है तो वह बाइक खराब हो गया, मैं लग रहा कि वह रोड पर खड़ा, वो जरूर रोक के तुम एक बार पूछे कि सर ताकि बाइक खराब हो गई है या बाइक सही है, कार खराब है, कोई हेल्प चाहिए है। सो ये चीज़ा थोड़ी जी है ने वधिया अगर तुम इस ट्रिप पर जाते हो तो। सो अज का व्लॉग इतें ही एंड करांगे, सो मिलते हैं अगले व्लॉग च, अगले व्लॉग च तुम दिखावे कि मैं बहुत लोगों ने कहा कि जिम्मे किचन बनाई सी कार की साइड पर भी वो तुम कि बनाई सी एंड बैडिंग किदा की सी प्रॉपर पिछों सीट्स कट के, वो एक अलग व्लॉग बनावे, तो मिलते हैं तुम अगले व्लॉग च, टिल दैन थैंक यू, चैनल में सबसक्राइब करो, लाइक करो, कमेंट करो,
अपने फ्रेंड्स एंड फैमिली नाल शेयर करो। थैंक यू।